47 ਦੀ ਵੰਡ ਨੂੰ ਪੰਜਾਬੀਆਂ ਨੇ ਕਦੇ ਵੀ ਨਹੀਂ ਭੁਲਾਇਆ। 47 ਦੇ ਵਿੱਚ ਜਦੋਂ ਪੂਰਾ ਮੁਲਕ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ, ਪੰਜਾਬ ਅਤੇ ਬੰਗਾਲ ਤਬਾਹੀ ਵੱਲ ਸਨ, ਉੱਜੜ ਰਹੇ ਸਨ, ਆਪਣਿਆਂ ਨੂੰ ਮਾਰ ਰਹੇ ਸਨ, ਪੰਜਾਬ ਨੇ ਇਹਨੂੰ ਬਹੁਤ ਨੇੜੇ ਹੰਢਾਇਆ। ਪੰਜਾਬੀਆਂ ਨੇ ਕਦੇ ਵੀ ਜਿਹੜੀ ਆਜ਼ਾਦੀ ਹੈ 47 ਦੀ ਉਹਨੂੰ ਖੁਸ਼ੀ ਦੇ ਵਜੋਂ, ਜਸ਼ਨ ਦੇ ਵਜੋਂ ਨਹੀਂ ਮਨਾਇਆ। ਸ਼ਬਦ ਦੇਖ ਲਓ, ਵੱਡਾ ਰੌਲਾ, ਬਾੜੇ, ਵੱਢ ਟੁੱਕ 47 ਦੀ, ਇਸ ਤਰ੍ਹਾਂ ਦੇ ਕਿੰਨੇ ਸ਼ਬਦ ਹੈਗੇ ਨੇ ਜਿਹੜੇ ਕਿ ਦੱਸਦੇ ਨੇ ਕਿ ਪੰਜਾਬੀਆਂ ਨੇ ਕਦੇ ਵੀ ਜਿਹੜਾ 47 ਨੂੰ ਜਿਹੜਾ ਹੈਗਾ, ਇੱਕ ਤਾਂ 47 ਦੀ ਵੰਡ ਹੈ ਉਹਨੂੰ ਖਿੜੇ ਮੱਥੇ ਕਦੇ ਵੀ ਸਵੀਕਾਰ ਨਹੀਂ ਕੀਤਾ। ਇਹ ਵੰਡ ਪੰਜਾਬੀਆਂ ਦੀ ਇਹ ਦੀ ਜਿਹੜੀ ਮਰਜ਼ੀ ਨਾਲ ਨਹੀਂ ਸੀ ਹੋਈ, ਉਹਨਾਂ ਦੇ ਉੱਤੇ ਥੋਪੀ ਗਈ ਸੀ। ਸੋ ਪੂਰੇ ਮੁਲਕ ਵਿੱਚੋਂ ਅੱਜ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਪੂਰੇ ਮੁਲਕ ਦੇ ਵਿੱਚੋਂ, ਦੋਵੇਂ ਮੁਲਕਾਂ ਦੇ ਵਿੱਚ ਕਿਤੇ ਲੜਾਈ ਲੱਗਦੀ ਹੈ, ਪੰਜਾਬ ਦੇ ਵਿੱਚੋਂ ਆਵਾਜ਼ ਵੱਖਰੀ ਕਿਸਮ ਦੀ ਆਉਂਦੀ ਹੈ। ਜੇ ਹਿੰਦੁਸਤਾਨ ਦੇ ਵਿੱਚ ਹੋਰਨਾਂ ਖਿੱਤਿਆਂ 'ਚ ਆਵਾਜ਼ ਆਉਂਦੀ ਹੈ, ਪਾਕਿਸਤਾਨ ਨੂੰ ਸਬਕ ਸਿਖਾ ਦਿਓ, ਐਂ ਕਰ ਲਓ, ਤਾਂ ਇੱਥੋਂ ਆਵਾਜ਼ ਆਉਂਦੀ ਹੈ ਕਿ ਅਸੀਂ ਲੜਾਈ ਨਹੀਂ ਪਾਲਦੇ। ਜੇ ਜੰਗ ਹੋਈ ਤਾਂ ਇਹਦੇ ਵਿੱਚ ਪੰਜਾਬੀ ਮਰਨਗੇ, ਪੰਜਾਬੀ ਚਾਹੇ ਇੱਧਰਲੇ ਹੋਣ ਚਾਹੇ ਉੱਧਰਲੇ ਹੋਣ। ਸੋ ਇਹ ਪੰਜਾਬੀਆਂ ਦਾ, ਦੋਵੇਂ ਪੰਜਾਬੀਆਂ ਦਾ ਦੀ ਇੱਕ ਜਿਹੜੀ ਸਾਂਝ ਹੈ, ਦੋਵੇਂ ਪਾਸਿਆਂ ਦੀ ਭਾਵੁਕ ਸਾਂਝ ਹੈ ਜਿਹੜੀ ਕਿ ਇਹਨਾਂ ਨੂੰ ਜੋੜੀ ਹੋਈ ਆ। ਇਹਨਾਂ ਦੀ ਭਾਸ਼ਾ, ਇਹਨਾਂ ਦੇ ਕਲਚਰ ਨੇ ਜੋੜਿਆ ਹੋਇਆ, ਇਹਨਾਂ ਦੀਆਂ ਰੋਹ ਰੀਤਾਂ ਸਧਰਾਂ ਸਭ ਸਾਂਝੀਆਂ ਨੇ। ਇੱਧਰਲੇ ਪੰਜਾਬ ਦੇ ਵਿੱਚ ਜੇ ਅਸੀਂ ਵਾਰਿਸ ਸ਼ਾਹ ਬੁੱਲੇ ਸ਼ਾਹ ਨੂੰ ਯਾਦ ਕਰਦੇ ਹਾਂ, ਤਾਂ ਲਹਿੰਦੇ ਪੰਜਾਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਜਾਂਦਾ, ਉਹਨਾਂ ਪ੍ਰਤੀ ਸ਼ਰਧਾ। ਪੰਜਾਬੀਆਂ ਦੇ ਜਿਹੜਾ ਸਾਹਿਤ ਹੈ ਉਹਦੇ ਵਿੱਚੋਂ ਵੀ ਅਸੀਂ ਗੱਲ ਕਰੀਏ ਤਾਂ ਇੱਧਰਲੀਆਂ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਉੱਧਰਲੇ ਜਿਹੜੇ ਪੰਜਾਬ ਦੇ ਸਾਹਿਤਕਾਰ ਪੜ੍ਹਾਏ ਜਾਂਦੇ ਨੇ, ਉੱਧਰਲੀਆਂ ਜਿਹੜੇ ਯੂਨੀਵਰਸਿਟੀਆਂ ਨੇ, ਲਾਹੌਰ ਯੂਨੀਵਰਸਿਟੀ ਹੈ ਜਾਂ ਇਸਲਾਮਾਬਾਦ ਦੀ ਟੈਕਨੀਕਲ ਯੂਨੀਵਰਸਿਟੀ ਹੈ, ਉਹਦੇ ਵਿੱਚ ਪੰਜਾਬੀ ਦੇ ਸਿਲੇਬਸ ਦੇ ਵਿੱਚ ਸਾਡੇ ਇੱਧਰਲੇ ਜਿਹੜੇ ਸਾਹਿਤਕਾਰਾਂ ਨੂੰ ਪੜ੍ਹਾਇਆ ਜਾਂਦਾ ਹੈ। ਸੋ ਇਹ ਇੱਕ ਸਾਡੀ ਜਿਹੜੀ ਭਾਵੁਕ ਸਾਂਝ ਹੈ, ਭਾਵੁਕ ਸਾਂਝ ਜਿਹੜੀ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਜਿਹੜਾ ਪਸੰਦ ਵੀ ਨਹੀਂ ਆਉਂਦੀ। 47 ਦਾ ਐਡਾ ਵੱਡਾ ਜਿਹੜਾ ਹੈ, ਜਿਹਦੀ ਅਸੀਂ ਗੱਲ ਕਰਦੇ ਸੀ ਕਿ ਇੰਨਾ ਵੱਡਾ ਜਿਹੜਾ ਇੱਕ ਦੁਖਾਂਤ ਹੈ, ਇਸ ਦੁਖਾਂਤ ਦੀ ਬੇਸ਼ਰਮੀ ਇਹ ਰਹੀ ਕਿ ਸਾਡੀਆਂ ਹਕੂਮਤਾਂ ਨੇ, ਦੋਵੇਂ ਮੁਲਕਾਂ ਦੀਆਂ ਵੱਡੀਆਂ ਸੰਸਦਾਂ, ਉੱਧਰਲੀ ਕੌਮੀ ਅਸੈਂਬਲੀ, ਸਾਡੀ ਜਿਹੜੀ ਹੈਗੀ ਆ ਪਾਰਲੀਮੈਂਟ, ਇਹਦੇ ਵਿੱਚ ਕਦੇ ਵੀ ਜਿਹੜਾ ਇਹ ਸ਼ੋਕ ਮਤਾ ਨਹੀਂ ਹੋਇਆ ਵੀ 47 ਜਿਹੜੀ ਵੱਢ ਟੁੱਕ ਹੋਈ ਆ, ਅਸੀਂ ਇਹਦੇ ਲਈ ਮਾਫ਼ੀ ਮੰਗਦੇ ਹਾਂ। ਦੋਵਾਂ ਪੰਜਾਬਾਂ ਦੀਆਂ ਅਸੈਂਬਲੀਆਂ ਦੀ ਗੱਲ ਕਰੀਏ, ਸਾਡੀ ਇੱਧਰਲੀ ਵਿਧਾਨ ਸਭਾ, ਉੱਧਰਲੀ ਸੂਬਾਈ ਅਸੈਂਬਲੀ ਪੰਜਾਬ ਦੀ, ਉਹਦੇ ਵਿੱਚ ਵੀ ਕਦੇ ਨਹੀਂ ਇਸ ਤਰ੍ਹਾਂ ਦਾ ਮਤਾ ਪਾਸ ਕੀਤਾ ਗਿਆ। ਇਸ ਤਰ੍ਹਾਂ ਦੀ ਕੋਸ਼ਿਸ਼ ਲੋਕਾਂ ਵੱਲੋਂ, ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਬਹੁਤ ਹੋਈਆਂ ਨੇ। 1996 ਦੇ ਵਿੱਚ ਪੰਜਾਬ ਦੇ ਕੁਝ ਨੌਜਵਾਨਾਂ ਨੇ 10 ਲੱਖ ਪੰਜਾਬੀ ਜੋ ਮਾਰੇ ਗਏ ਸੀ, 1 ਕਰੋੜ ਦੇ ਕਰੀਬ ਪੰਜਾਬੀ ਉਜੜੇ ਸਨ, ਔਰਤਾਂ ਦਾ ਰੇਪ ਹੋਇਆ ਸੀ, 10 ਲੱਖ ਪੰਜਾਬੀਆਂ ਜੋ ਮਾਰੇ ਗਏ ਸੀ, ਇੱਕ ਖਤਰਨਾਕ ਜਿਹੜਾ ਮੰਜ਼ਰ ਸੀ ਜਿਹਦੇ ਵਿੱਚ ਪੰਜਾਬੀਆਂ ਨੇ ਆਪਣਿਆਂ ਨੂੰ ਹੀ ਮਾਰਿਆ, ਆਪਣੇ ਪਵਿੱਤਰ ਧਰਮਾਂ ਦੇ ਨਾਅਰੇ ਲਾ ਕੇ, ਕਿਸੇ ਨੇ ਅੱਲਾਹੁ ਅਕਬਰ ਕਹਿ ਕੇ, ਕਿਸੇ ਨੇ ਬੋਲੇ ਸੋ ਨਿਹਾਲ ਕਹਿ ਕੇ, ਕਿਸੇ ਨੇ ਜੈ ਸ਼੍ਰੀ ਰਾਮ ਕਹਿ ਕੇ। ਇਹ ਜਿਹੜਾ ਸਾਰਾ ਮੰਜ਼ਰ ਸੀ, ਇਹਦੇ 'ਤੇ ਪਸ਼ਚਾਤਾਪ ਕਰਨ ਲਈ, ਜਾਂ ਇਹ ਕਹਿ ਲਓ ਕਿ ਇਹਨੂੰ ਯਾਦ ਕਰਨ ਲਈ, ਅਕੀਦਤ ਭੇਟ ਕਰਨ ਲਈ, 1996 ਵਿੱਚ ਜਦੋਂ ਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਚੱਲ ਰਹੀ ਸੀ, ਇੱਕ ਸਮਾਰਕ ਬਣਾਇਆ ਸੀ। ਉਦੋਂ ਬਾਅਦ ਵਿੱਚ ਪੰਜਾਬੀਆਂ ਦੇ ਜਿਹੜੇ ਸਾਂਝੇ ਆਈਕਨ, ਰਾਜਾ ਪੋਰਸ ਦੀ ਯਾਦ ਵਿੱਚ ਹਿੰਦ ਪਾਕ ਦੋਸਤੀ ਮੇਲਾ ਵੀ ਚੱਲਣ ਲੱਗਿਆ। ਹੁਣ ਉਹ ਸਮਾਰਕ ਬਾਰੇ ਖਬਰ ਆ ਰਹੀ ਹੈਗੀ ਆ, ਉਹ ਖਬਰ ਕੋਈ ਚੰਗੀ ਖਬਰ ਨਹੀਂ ਹੈ। ਇਹ 1996 'ਚ ਜੋ ਨੌਜਵਾਨਾਂ ਨੇ ਬਣਾਇਆ ਸੀਗਾ, ਪੰਜਾਂ ਪਾਣੀਆਂ ਦਾ ਪਾਣੀ ਲੈ ਕੇ, ਪੰਜਾਂ ਦਰਿਆਵਾਂ ਦਾ ਪਾਣੀ ਲੈ ਕੇ, ਇੱਥੇ ਇਹ ਸਮਾਰਕ ਦੇ ਆਲੇ ਦੁਆਲੇ ਫੈਜ਼ ਅੰਮ੍ਰਿਤਾ ਦੀਆਂ ਜਿਹੜੀਆਂ ਕਵਿਤਾਵਾਂ ਉਕੇਰੀਆਂ ਗਈਆਂ ਸੀਗੀਆਂ, ਅਤੇ ਇਸ ਇਹਨੂੰ ਜਿਹੜਾ ਢਾ ਦਿੱਤਾ ਗਿਆ ਆਹੀ ਆਜ਼ਾਦੀ ਤੋਂ ਕੁਛ ਸਮੇਂ ਪਹਿਲਾਂ ਹੀ, ਕੁਛ ਦਿਨ ਪਹਿਲਾਂ ਹੀ ਢਾ ਦਿੱਤਾ ਗਿਆ। ਇਹਦੇ ਬਾਰੇ ਜਿਹੜਾ ਭਾਰਤੀ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੈਗੀ ਹੈ, ਉਹਨੇ ਜਿਹੜਾ ਆਪਣੀ ਗਲਤੀ ਮੰਨੀ ਹੈ ਅਤੇ ਕਿਹਾ ਕਿ ਅਸਲੀ ਜਿਹੜਾ ਵੀ ਅਸੀਂ ਇਹਨੂੰ ਦੁਬਾਰੇ ਫਿਰ ਬਣਾ ਦਿਆਂਗੇ। ਪਰ ਸਵਾਲ ਇਹ ਹੈਗਾ ਕਿ ਜੋ ਪਹਿਲਾਂ ਬਣਾਇਆ ਸੀ ਹੁਣ ਬਣਾਏ ਵਿੱਚ ਬਹੁਤ ਫਰਕ ਹੈ। ਪਹਿਲਾਂ ਨੌਜਵਾਨਾਂ ਨੇ ਬਣਾਇਆ ਸੀ, ਉਹਨਾਂ ਵਿੱਚੋਂ ਇੱਕ ਸੱਚੀਆਂ ਭਾਵਨਾਵਾਂ ਸਨ, ਅਤੇ ਹੁਣ ਸਰਕਾਰ ਬਣਾਊਗੀ। ਸਵਾਲ ਇਹ ਹੈਗਾ ਕਿ ਇਹੋ ਜਿਹੇ ਸਮਾਰਕ ਯਥਾ ਸਥਿਤੀ ਵਿੱਚ ਕਿਉਂ ਨਹੀਂ ਰਹਿੰਦੇ? ਕਿ ਇਹਨੂੰ ਸਿਰਫ ਗਲਤੀ ਮੰਨੀ ਜਾਵੇ? ਕੀ ਸਿਰਫ ਇਹਨੂੰ ਇੱਦਾਂ ਹੀ ਮੰਨਿਆ ਜਾਵੇ ਕਿ ਹਾਂਜੀ ਇਹ ਤਾਂ ਜੀ ਗਲਤੀ ਹੋ ਗਈ ਹੈ? ਪਰ ਇਹਦੀਆਂ ਜੜ੍ਹਾਂ ਬਹੁਤ ਦੂਰ ਤੱਕ ਨੇ। ਪਿੱਛੇ ਜਿਹੇ ਪੰਜਾਬ ਦੇ DDP ਦਾ ਬਿਆਨ ਸੀਗਾ ਦਿਨਕਰ ਗੁਪਤੇ ਦਾ ਕਿ ਕਰਤਾਰਪੁਰ ਲਾਂਘਾ ਜਿਹੜਾ ਖੁੱਲ੍ਹਿਆ ਗਿਆ ਵੀ ਉੱਧਰਲੇ ਬੰਨੇ ਜੇ ਕੋਈ ਜਾਂਦਾ ਤਾਂ ਕੁਝ ਘੰਟੇ ਬਾਅਦ ਅੱਤਵਾਦੀ ਬਣ ਕੇ ਆ ਜਾਂਦਾ। ਇਹਦਾ ਪੰਜਾਬੀਆਂ ਨੇ ਬੜਾ ਵਿਰੋਧ ਪ੍ਰਗਟ ਕੀਤਾ ਸੀਗਾ, ਜਿਵੇਂ ਕਿ ਉੱਥੇ ਜਾਣ ਵਾਲਾ ਹਰੇਕ ਹੀ ਅੱਤਵਾਦੀ ਹੋ ਜਾਂਦਾ ਜਾਂ ਪਾਕਿਸਤਾਨ ਨੂੰ ਇਸ ਤਰ੍ਹਾਂ। ਇਹਤੋਂ ਬਿਨਾਂ ਇਹਤੋਂ ਪਹਿਲਾਂ BJP ਦਾ ਇੱਕ ਮਰਹੂਮ ਮੰਤਰੀ ਹੈ, ਗੋਆ ਦਾ ਮੁੱਖ ਮੰਤਰੀ ਰਹਿ ਚੁੱਕਾ, ਕੇਂਦਰੀ ਮੰਤਰੀ ਰਹਿ ਚੁੱਕਾ ਮਨੋਹਰ ਪਰਿਕਰ,
ਉਹਨੇ ਪਾਕਿਸਤਾਨ ਦੀ ਧਰਤੀ ਨੂੰ ਨਰਕ ਆਖਿਆ ਸੀਗਾ। ਹਾਲਾਂਕਿ ਸਾਨੂੰ ਪਤਾ ਕਿ ਜਿੰਨਾ ਕੁ ਨਰਕ ਇੱਧਰਲੇ ਪਾਸੇ ਉਹਨਾਂ ਨਰਕ ਉੱਧਰਲੇ ਪਾਸੇ, ਜਿੰਨਾ ਕੁ ਸਵਰਗ ਇੱਧਰਲੇ ਪਾਸੇ ਆ ਉਹਨਾਂ ਉੱਧਰਲੇ ਪਾਸੇ ਆ। ਉਦੋਂ ਪੰਜਾਬੀਆਂ ਨੇ ਇਸ ਨੂੰ ਪੰਜਾਬ ਨੂੰ ਕੱਢੀ ਹੋਈ ਗੱਲ ਮੰਨੀ ਸੀ, ਕਿਉਂਕਿ ਵੱਡਾ ਹਿੱਸਾ ਪੰਜਾਬ ਦਾ ਜਿਹੜਾ ਉੱਧਰ ਹੈ ਅਤੇ ਉਸ ਧਰਤੀ ਜਿਹਨੂੰ ਉਹ ਨਰਕ ਕਹਿ ਰਿਹਾ ਉਹਦੇ ਵਿੱਚ ਗੁਰੂ ਨਾਨਕ ਸਾਹਿਬ, ਉਹਦੇ ਵਿੱਚ ਬੁੱਲੇ ਸ਼ਾਹ, ਉਹਦੇ ਵਿੱਚ ਵਾਰਿਸ ਸ਼ਾਹ ਇਹ ਪੈਦਾ ਹੋਏ ਨੇ, ਅਤੇ ਵਾਰਿਸ ਸ਼ਾਹ, ਬੁੱਲੇ ਸ਼ਾਹ ਅਤੇ ਫਰੀਦ ਨੂੰ ਜੰਮਣ ਵਾਲੀ ਧਰਤੀ ਨਰਕ ਨਹੀਂ ਹੋ ਸਕਦੀ ਹੈਗੀ। ਇਹ ਗੱਲ ਅਸਲ ਵਿੱਚ ਪਾਕਿਸਤਾਨ ਨੂੰ ਨਹੀਂ, ਪੰਜਾਬੀਆਂ ਨੇ ਮੰਨਿਆ ਕਿ ਗੱਲ ਜਿਹੜੀ ਹੈਗੀ ਹੈ ਪੰਜਾਬ ਨੂੰ ਕੱਢੀ ਗਈ ਹੈ। ਸੋ ਇਹ ਜਿਹੜੀਆਂ ਭਾਵਨਾਵਾਂ ਨੇ ਕਿਤੇ ਨਾ ਕਿਤੇ ਜਿਹੜੀ ਹਕੂਮਤ ਹੈ ਦੋਵੇਂ ਹਕੂਮਤਾਂ ਸਾਡੇ ਵਾਲੀ ਜਿਹੜੀ ਹਕੂਮਤ ਦਾ ਜਿਹੜਾ ਸੁਭਾਅ ਆ ਉਹ ਇੰਨਾ ਜਿਹੜਾ ਹੈਗਾ ਫਾਸਿਸਟ ਸੁਭਾਅ ਹੈਗਾ, ਉਹ ਪਾਕਿਸਤਾਨ ਦੇ ਐਂਟੀ ਉਹਦਾ ਸਾਰਾ ਤੋਰੀ ਫੁਲਕਾ ਚੱਲਦਾ। ਜੇਕਰ ਕੋਈ ਅਭਿਨੇਤਰੀ ਇਹ ਕਹਿ ਦੇਵੇ ਕਿ ਪਾਕਿਸਤਾਨ ਦੇ ਜਿਹੜੇ ਹੈਗੇ ਲੋਕ ਸਾਡੇ ਵਰਗੇ ਨੇ ਤਾਂ ਉਹ ਵੀ ਦੇਸ਼ ਧਰੋਹ ਹੀ ਗਰਦਾਨੀ ਜਾਂਦੀ ਹੈ। ਸੋ ਇਹ ਸਾਨੂੰ ਇਹ ਨਹੀਂ ਲੱਗਦਾ ਹੈਗਾ ਕਿ ਇਹ ਸਿਰਫ ਅਤੇ ਸਿਰਫ ਸੁੱਤੇ ਸਿੱਧ ਢਾ ਦਿੱਤੀ ਗਈ ਹੈ। ਜਿਹੜੀਆਂ ਚੀਜ਼ਾਂ ਜੋੜਦੀਆਂ ਨੇ, ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀ ਸਾਂਝ ਨੂੰ ਪ੍ਰਗਟ ਕਰਦੀਆਂ ਨੇ, ਸਾਂਝੀਆਂ ਚੀਜ਼ਾਂ ਨੇ, ਉਹ ਸਾਂਝੀਆਂ ਚੀਜ਼ਾਂ ਨੂੰ, ਸਾਂਝੀਆਂ ਕੜੀਆਂ ਨੂੰ ਤੋੜਨ ਲਈ ਇਹ ਸੰਘੀ ਸਰਕਾਰ ਦੇ ਸਮੇਂ ਸਮੇਂ 'ਤੇ ਹੱਥਕੰਡੇ ਅਪਣਾਉਂਦੀ ਰਹੀ ਆ। ਇਹ ਵੀ ਇੱਕ ਸਾਜਿਸ਼ ਦਾ ਹਿੱਸਾ ਅਸੀਂ ਮੰਨਾਂਗੇ। ਅਤੇ ਪੰਜਾਬ ਸਰਕਾਰ ਵੀ ਇਹਦੇ ਬਾਰੇ ਚੁੱਪ ਹੈ। ਪੰਜਾਬ ਸਰਕਾਰ ਨੂੰ ਉਹ ਜਿਸ ਢੰਗ ਨਾਲ ਜਿਹੜਾ ਹੈਗਾ ਪ੍ਰਤੀਕਰਮ ਕਰਨਾ ਚਾਹੀਦਾ ਉਹ ਆਇਆ ਨਹੀਂ ਹੈਗਾ। ਸੋ ਪੰਜਾਬੀਆਂ ਦੀਆਂ ਇਹ ਯਾਦਗਾਰਾਂ ਨੇ, ਪੰਜਾਬੀਆਂ ਨੇ ਆਪਣੇ ਅਤੀਤ ਵਿੱਚੋਂ ਬਹੁਤ ਕੁਛ ਜਿਹੜਾ ਹੈਗਾ ਖੋਇਆ ਹੈਗਾ। ਜੇ ਅਸੀਂ ਹੁਣ ਵੀ ਮਤਲਬ ਮਾੜਾ ਮੋਟਾ ਇਹਨੂੰ ਚੁੱਕ ਸਕਦੇ ਹਾਂ, ਅਤੇ ਚੀਜ਼ ਇਹੀ ਹੈ ਕਿ ਪੰਜਾਬ ਨੂੰ ਜੇਕਰ ਪੰਜਾਬ ਨੇ ਜਿਹੜਾ ਹੈਗਾ ਪੰਜਾਬ ਬਣੇ ਰਹਿਣਾ, ਪੰਜਾਬ ਨੇ ਜੇ ਬਚੇ ਰਹਿਣਾ ਤਾਂ ਪੰਜਾਬ ਕੋਲ ਇੱਕ ਉਹਦੀ ਆਪਣੀ ਸਕਾਫਤ ਹੈ, ਪੰਜਾਬ ਕੋਲ ਉਹਦਾ ਇੱਕ ਆਪਣਾ ਜਿਹੜਾ ਹੈਗਾ ਵਾ ਸਾਹਿਤ ਹੈ, ਆਪਣਾ ਇੱਕ ਫਲਸਫਾ ਹੈਗਾ ਜਿਹੜਾ ਹਾਲੇ ਵੀ ਪੰਜਾਬ ਨੂੰ ਹਿੰਦੁਸਤਾਨ ਦੇ ਦੂਜੇ ਹਿੱਸਿਆਂ ਤੋਂ ਵੱਖਰਾ ਬਣਾ ਕੇ ਰੱਖਦਾ। ਜੇ ਇਹੀ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਜਿਹੜੀਆਂ ਤਾਕਤਾਂ ਭਾਰੂ ਨੇ ਉਹ ਇਹ ਕੜੀਆਂ ਨੂੰ ਤੋੜਨਗੀਆਂ, ਅਤੇ ਪੰਜਾਬੀਆਂ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਇਹ ਸਾਂਝੀਆਂ ਕੜੀਆਂ ਨਾ ਟੁੱਟਣ, ਅਤੇ ਪੰਜਾਬੀਆਂ ਨੂੰ ਇਹਦੇ ਇਹਦੀ ਮੁਖਾਲਫਤ ਕਰਨੀ ਚਾਹੀਦੀ ਹੈ, ਅਤੇ ਇਹੋ ਜਿਹੀਆਂ ਜਿਹੜੀਆਂ ਖੂਬਸੂਰਤ ਯਾਦਗਾਰਾਂ ਨੇ ਉਹਨਾਂ ਨੂੰ ਬਚਾਈ ਰੱਖਣ ਲਈ ਵੀ ਤਤਪਰ ਹੋਣਾ ਚਾਹੀਦਾ ਹੈ।